ਜਾਂਦਾ ਹੈ ਕਿ ਸਪੋਜ਼ ਕਿਸੇ ਦਾ ਕ੍ਰੈਡਿਟ ਨਵਾਂ ਹੈਗਾ ਜਾਂ ਪਹਿਲਾਂ ਠੀਕ ਨਹੀਂ ਹੈਗਾ ਸਪੋਜ਼, ਤੇ ਉਹਨੂੰ ਕ੍ਰੈਡਿਟ ਸਕੋਰ ਨੂੰ ਇਨਕਰੀਜ਼ ਕਰਨ ਦਾ ਬੈਸਟ ਵੇ ਕੀ ਹੈਗਾ ਠੀਕ ਕਰਨ ਦਾ? ਬਹੁਤ ਸਾਰੇ ਚੀਜ਼ਾਂ ਹੈਗੀਆਂ, ਸਭ ਤੋਂ ਵੱਡੀ ਚੀਜ਼ ਤਾਂ ਓਬਵੀਅਸਲੀ ਤੁਸੀਂ ਆਪਣੀ ਪੇਮੈਂਟਸ ਟਾਈਮ 'ਤੇ ਕਰੋ, ਉਹ ਅੱਛੀ ਚੀਜ਼ ਹੈ। ਲੇਕਿਨ ਦੋ ਚੀਜ਼ਾਂ ਆਈ ਵੁੱਡ ਸੇ ਕਿ ਜਿਹੜਾ ਤੁਹਾਡੇ ਕ੍ਰੈਡਿਟ ਸਕੋਰ 'ਤੇ ਆਲਮੋਸਟ 30-50% ਇਫੈਕਟ ਪਾਉਂਦੀਆਂ, ਅਤੇ ਉਹ ਮੈਂ ਸ਼ੇਅਰ ਜ਼ਰੂਰ ਕਰਨਾ ਚਾਹੂੰਗਾ। ਪਹਿਲੀ ਚੀਜ਼ ਤਾਂ ਹੈਗੀ ਕਿ ਕਦੀ ਵੀ ਬਹੁਤ ਜ਼ਿਆਦਾ ਕ੍ਰੈਡਿਟ ਨਾ ਲਓ ਆਪਣੀ ਕ੍ਰੈਡਿਟ। ਆਪਣੀ ਕਮਿਊਨਿਟੀ ਵਿੱਚ ਕੀ ਹੁੰਦਾ, ਤੁਸੀਂ ਕੈਨੇਡੀਅਨ ਟਾਇਰ ਗਏ, ਕ੍ਰੈਡਿਟ ਕਾਰਡ ਬਣਵਾ ਲਿਆ, ਵਾਲਮਾਰਟ ਗਏ, ਕ੍ਰੈਡਿਟ ਕਾਰਡ ਬਣਵਾ ਲਿਆ, ਬੇ ਗਏ, ਕ੍ਰੈਡਿਟ ਕਾਰਡ ਬਣਵਾ ਲਿਆ, ਉਸ ਤੋਂ ਬਾਅਦ ਬੈਂਕ ਗਏ, ਕ੍ਰੈਡਿਟ ਕਾਰਡ ਬਣਵਾ ਲਿਆ, ਅਤੇ ਆਪਣੇ ਕੋਲ ਕਰਦੇ ਕਰਦੇ ਕਰੀਬਨ 8-10 ਤਾਂ ਕ੍ਰੈਡਿਟ ਕਾਰਡ ਹੀ ਹੋ ਜਾਂਦੇ ਨੇ, ਅਤੇ ਅਸੀਂ ਕਈ ਵਾਰ ਬੜੀ ਖੁਸ਼ ਹੋ ਕੇ ਬੜੇ ਪ੍ਰਾਊਡ ਨਾਲ ਦੱਸਦੇ ਹਾਂ ਕਿ ਹਾਂ ਮੇਰੇ ਕੋਲ 10 ਕ੍ਰੈਡਿਟ ਕਾਰਡ ਨੇ। ਇਹਦੇ 'ਚ ਦੇਖੋ ਜੀ ਕੋਈ ਬਹੁਤ ਜ਼ਿਆਦਾ ਪ੍ਰਾਊਡ ਕਰਨ ਵਾਲੀ ਗੱਲ ਨਹੀਂ ਹੈ। ਲੈਂਡਰ ਇਹਨੂੰ ਕਿੱਦਾਂ ਦੇਖਦਾ ਹੈ ਕਿ ਜੇ ਤੁਹਾਡੇ ਕੋਲ 10 ਕ੍ਰੈਡਿਟ ਕਾਰਡ ਨੇ, ਸਪੋਜ਼ $2,000 ਦਾ ਵੀ ਕ੍ਰੈਡਿਟ ਕਾਰਡ ਹੈ ਜੋ ਕਿ ਮਤਲਬ ਆਲਮੋਸਟ ਨੈਕਸਟ ਨੈਗਲੀਜੀਬਲ ਲਿਮਿਟ ਹੈ, ਯੂ ਕੈਨ ਬੋਰੋ $20,000, ਠੀਕ ਹੈ। ਅਤੇ ਜੇ ਮੈਂ ਹੁਣ ਤੁਹਾਨੂੰ ਲੋਨ ਦੇਣਾ ਹੈ ਤਾਂ ਮੈਂ ਤੁਹਾਨੂੰ ਕਹੂੰਗਾ ਕਿ ਯਾਰ ਤੁਸੀਂ $20,000 ਤਾਂ ਆਲਰੇਡੀ ਕਰ ਸਕਦੇ ਹੋ, ਆਈ ਮੀਨ ਕਢਵਾ ਸਕਦੇ ਹੋ, ਹਾਊ ਕੈਨ ਯੂ ਪੇ ਮਾਈ ਪੇਮੈਂਟ ਜੇ ਤੁਹਾਡੇ ਕੋਲ ਆਲਰੇਡੀ ਇੰਨੀ ਓਬਲੀਗੇਸ਼ਨਸ ਹੈਗੀਆਂ। ਉਹਦਾ ਇੱਕ ਤਰੀਕਾ ਇਹੀ ਹੈ, ਨੋਰਮਲੀ ਮੈਂ ਕੀ ਸੁਜੈਸਟ ਕਰਦਾ, ਜਦੋਂ ਤੁਸੀਂ ਕ੍ਰੈਡਿਟ ਕਾਰਡ ਲੈਂਦੇ ਹੋ, ਡੋਂਟ ਟਰਾਈ ਟੂ ਗੈਟ ਟੂ ਮੈਨੀ ਕ੍ਰੈਡਿਟ ਕਾਰਡਸ। ਮੈਨੂੰ ਜਿੱਥੇ ਤੱਕ ਲੱਗਦਾ, ਜਿੱਥੇ ਤੱਕ ਮੇਰਾ ਐਕਸਪੀਰੀਅੰਸ ਹੈਗਾ ਜਾਂ ਮੈਂ ਬਾਕੀ ਸਾਰੇ ਕਲਾਇੰਟਸ ਨਾਲ ਮਿਲਦਾ ਜਾਂ ਆਪਣੀ ਮੇਰੀ ਪਰਸਨਲ ਫਾਈਨੈਂਸਿਸ ਵੀ ਹੈਗੇ, ਮੈਂ ਪ੍ਰੈਫਰ ਕਰਦਾ 2 ਤੋਂ ਜ਼ਿਆਦਾ ਕ੍ਰੈਡਿਟ ਕਾਰਡ ਨਾ ਹੋਣ। ਉਹਨਾਂ ਦੀ ਇੱਕ ਦੀ ਲਿਮਿਟ ਜ਼ਿਆਦਾ ਹੋਵੇ, ਇੱਕ ਦੀ ਲਿਮਿਟ ਘੱਟ ਹੋਵੇ, ਅਤੇ 2 ਤੋਂ ਜ਼ਿਆਦਾ ਕ੍ਰੈਡਿਟ ਕਾਰਡ ਮੈਂ ਕਦੀ ਕਿਸੇ ਨੂੰ ਇਸ ਤੋਂ ਜ਼ਿਆਦਾ ਰੈਕਮੈਂਡ ਨਹੀਂ ਕਰਦਾ, ਬਿਕੋਜ਼ ਦਿਸ ਇਜ਼ ਮੋਰ ਦੈਨ ਇਨਫ। ਤੁਸੀਂ ਜੋ ਵੀ ਖਰਚਾ ਕਰਨਾ ਹੈ, ਕੁਛ ਕਰਨਾ, ਤੁਸੀਂ 2 ਕ੍ਰੈਡਿਟ ਕਾਰਡ ਯੂਜ਼ ਕਰਕੇ ਕਰ ਸਕਦੇ ਹੋ। ਇੱਕ ਤਾਂ ਇਹ ਚੀਜ਼ ਹੈ ਜਿਹਦੇ ਨਾਲ ਤੁਹਾਡਾ ਕ੍ਰੈਡਿਟ ਸਕੋਰ ਵੱਧ ਸਕਦਾ, ਕਿ ਨੰਬਰ ਆਫ ਕ੍ਰੈਡਿਟ ਕਾਰਡ ਜਾਂ ਹਾਊ ਮੱਚ ਅਮਾਊਂਟ ਆਫ ਡੈਟ ਯੂ ਕੈਨ ਹੈਵ। ਦੂਸਰੀ ਚੀਜ਼ ਹੈਗੀ ਹੈ, ਆਪਾਂ ਉਹਨੂੰ ਕਹਿੰਦੇ ਹਾਂ ਯੂਟੀਲਾਈਜੇਸ਼ਨ ਰੇਟ। ਯੂਟੀਲਾਈਜੇਸ਼ਨ ਰੇਟ ਦਾ ਮਤਲਬ ਹੈਗਾ ਕਿ ਸਪੋਜ਼ ਤੁਹਾਡੇ ਕੋਲ $10,000 ਦੀ ਕ੍ਰੈਡਿਟ ਲਿਮਿਟ ਵਾਲਾ ਕਾਰਡ ਹੈਗਾ, ਅਤੇ ਕ੍ਰੈਡਿਟ ਕੰਪਨੀਜ਼ ਕੀ ਕਰਦੀਆਂ ਨੇ ਜਾਂ ਫੀਕੋ ਸਕੋਰ ਕੀ ਕਰਦਾ ਹੈ, ਉਹ ਕਹਿੰਦੀਆਂ ਨੇ ਕਿ ਇਫ ਯੂ ਆਰ ਯੂਜ਼ਿੰਗ ਮੋਰ ਦੈਨ 30% ਆਫ ਦੈਟ ਕ੍ਰੈਡਿਟ, ਇਟ ਮੀਨਸ ਦੇਰ ਮੇ ਬੀ ਚਾਂਸਿਸ ਆਫ ਦ ਰਿਸਕ ਇਜ਼ ਲਿਟਲ ਹਾਇਰ। ਉਹਦਾ ਮਤਲਬ ਇਹ ਹੈ ਕਿ ਜੇ ਤੁਹਾਡੇ ਕੋਲ $10,000 ਦਾ ਕ੍ਰੈਡਿਟ ਕਾਰਡ ਹੈਗਾ, ਤੁਸੀਂ ਉਹਦੇ 'ਤੇ $3,000 ਤੋਂ ਜ਼ਿਆਦਾ ਪਰਚੇਜ਼ਿੰਗ ਨਾ ਕਰੋ। ਕਰ ਸਕਦੇ ਹੋ ਤੁਸੀਂ, ਤੁਸੀਂ 10,000 ਤੱਕ ਦੀ ਕਰ ਸਕਦੇ ਹੋ, ਬਟ ਦੈਟ ਡਜ਼ ਨਾਟ ਲੁੱਕ ਫੇਵਰੇਬਲ ਟੂ ਕ੍ਰੈਡਿਟ ਕਾਰਡ ਕੰਪਨੀਜ਼ ਐਂਡ ਲੈਂਡਰਸ। ਸੋ ਅਗੇਨ, ਜੇ ਤਾਂ ਤੁਹਾਡਾ ਦ ਬੈਸਟ ਅਮਾਊਂਟ ਇਜ਼ 10% ਔਰ ਲੈਸ, ਬਟ ਅਗੇਨ ਮੈਂ ਸਮਝਦਾ ਜੇ $10,000 ਦਾ ਕ੍ਰੈਡਿਟ ਕਾਰਡ ਹੈਗਾ ਤਾਂ $1,000 ਕੁਛ ਵੀ ਨਹੀਂ ਹੁੰਦਾ, ਬਟ ਇਫ ਯੂ ਆਰ ਸਪੈਂਡਿੰਗ 10-30% ਐਨੀਵੇਅਰ ਬਿਟਵੀਨ ਦੈਟ ਇਜ਼ ਕੰਸਿਡਰਡ ਅ ਗੁੱਡ ਯੂਟੀਲਾਈਜੇਸ਼ਨ ਰੇਟ, ਕਿ ਜਿਹੜਾ ਤੁਸੀਂ ਅਵੇਲੇਬਲ ਕ੍ਰੈਡਿਟ ਹੈਗਾ ਉਹਦਾ 30% ਉਹਦਾ ਉਦੋਂ ਤੁਸੀਂ ਠੀਕ ਤਰ੍ਹਾਂ ਯੂਟੀਲਾਈਜ਼ ਕਰ ਰਹੇ ਹੋ। ਹਾਂਜੀ, ਕਿਉਂਕਿ ਉਸ ਢੰਗ ਨੂੰ ਉਹਨੂੰ ਯੂਜ਼ ਕਰਨਾ ਤੁਹਾਨੂੰ ਮਨੀ ਦਾ ਆ ਗਿਆ। ਬਿਲਕੁਲ, ਕੰਪਨੀ ਇਹ ਸਮਝਦੀ ਹੈ ਵੀ ਤੁਸੀਂ ਵਧੀਆ ਢੰਗ ਨਾਲ ਮਨੀ ਯੂਜ਼ ਕਰਦੇ ਹੋ। ਅੱਛਾ, ਟਾਈਮ